ਦਲਜੀਤ 100% ਇਹਨੂੰ ਮਨਾਤੀ ਆ ਤੇ ਬੰਦਾ ਵੀ ਦਿਮਾਗੀ ਆ ਤੇ ਲੋਕਾਂ ਨੂੰ ਏਦਾਂ ਸ਼ੋ ਕਰੀ ਜਾਂਦਾ ਵੀ ਭਾਈ ਮੈਂ ਤਾਂ ਮਜ਼ਾਕ ਕਰਦਾ। ਆਹ ਕੱਲ ਤਸਵੀਰ ਪਾਈ ਆ, ਇਹ ਦੱਸੋ ਹੁਣ ਕਿਹੜਾ ਕਰਾਊਨ ਚੱਕਰ ਆ? ਇਹਨੂੰ ਮਨਾਤੀ ਦਾ ਸਾਈਨ ਸ਼ੋ ਕਰਕੇ ਸ਼ੈਤਾਨ ਵਾਲੀ ਅੱਖ ਸ਼ੋ ਕਰੀ ਜਾਂਦਾ ਦੇਖੋ। ਸਤਿ ਸ਼੍ਰੀ ਅਕਾਲ ਜੀ। ਬੀਤੇ ਦਿਨ ਦਲਜੀਤ ਦੁਸਾਂਝ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹ ਇਲੂਮੀਨਾਤੀ ਸਾਈਨ ਬਣਾਉਂਦੇ ਹੋਏ ਦਿਖਾਈ ਦਿੱਤੇ। ਇਸ ਤਸਵੀਰ ਨੂੰ ਦੇਖ ਹੁਣ ਫੈਨਸ ਕਹਿ ਰਹੇ ਨੇ ਕਿ ਦਲਜੀਤ ਦੁਸਾਂਝ ਜਾਣ ਬੁੱਝ ਕੇ ਇਲੂਮੀਨਾਤੀ ਨੂੰ ਪ੍ਰਮੋਟ ਕਰ ਰਿਹਾ ਹੈ ਅਤੇ ਇਹ ਪੱਕਾ ਉਸ ਦੀ ਟੀਮ ਦਾ ਮੈਂਬਰ ਵੀ ਹੋਵੇਗਾ। ਇੰਨਾ ਹੀ ਨਹੀਂ, ਕਈ ਲੋਕਾਂ ਦਾ ਤਾਂ ਕਹਿਣਾ ਹੈ ਕਿ ਦਲਜੀਤ ਦੁਸਾਂਝ ਦੇ ਸ਼ੋ ਵੀ ਇਸੇ ਕਰਕੇ ਚੱਲਦੇ ਨੇ ਕਿਉਂਕਿ ਉਹ ਇਲੂਮੀਨਾਤੀ ਦਾ ਮੈਂਬਰ ਹੈ ਅਤੇ ਕਿਹਾ ਜਾਂਦਾ ਹੈ ਕਿ ਜੋ ਇਲੂਮੀਨਾਤੀ ਦਾ ਮੈਂਬਰ ਹੋਵੇ ਉਸ ਨੂੰ ਨੇਮ ਫੇਮ ਸਭ ਕੁਝ ਮਿਲ ਜਾਂਦਾ ਹੈ ਤੇ ਦਲਜੀਤ ਦੁਸਾਂਝ ਦੇ ਸ਼ੋਜ਼ ਵੀ ਇਸੇ ਕਰਕੇ ਸੋਲਡ ਆਊਟ ਜਾਂਦੇ ਨੇ। ਬਾਕੀ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਉੱਥੇ ਜੇਕਰ ਆਪਾਂ ਗੱਲ ਕਰੀਏ ਦਲਜੀਤ ਦੁਸਾਂਝ ਦੀ ਤਾਂ ਦਲਜੀਤ ਦੁਸਾਂਝ ਇਸ ਤਰ੍ਹਾਂ ਜਾਣ ਬੁੱਝ ਕੇ ਕਰਦਾ ਦਿਖਾਈ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਅਗਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ ਤਾਂ ਉਸ ਦੇ ਹੇਟਰਸ ਅਤੇ ਨੈਗੇਟਿਵ ਲੋਕਾਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਹੈ ਤੇ ਇਸ ਦੇ ਨਾਲ ਕੰਟਰੋਵਰਸੀ ਬਣੀ ਰਹਿੰਦੀ ਹੈ ਅਤੇ ਹੁਣ ਉਹ ਆਪਣੇ ਲਾਈਵ ਸ਼ੋਜ਼ ਦੇ ਦੌਰਾਨ ਅਤੇ ਆਪਣੇ ਇੰਸਟਾਗ੍ਰਾਮ ਉੱਪਰ ਵੀ ਅਕਸਰ ਹੀ ਇਹ ਸਾਈਨਸ ਦਿੰਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਉਸਨੇ ਆਪਣੇ ਟੂਰ ਦਾ ਨਾਮ ਵੀ ਦਿਲੂਮੀਨਾਤੀ ਟੂਰ ਰੱਖਿਆ ਹੋਇਆ ਹੈ।